ਫਤਿਹ। Thank you.
Thank you.
जाकेगा फिर मन जब जगावेगा फिर राग होएगा फिर राग के नाम पर गुरु के प्यारे
Thank you.
ਸ੍ਰੀ ਵਾਹਿਗੁਰੂ। ਮੈਨੂੰ ਘਰ ਦੀ ਟੈਨਸ਼ਨ ਹੈ, ਮੈਨੂੰ ਪਰਿਵਾਰ ਦੀ ਟੈਨਸ਼ਨ ਹੈ, ਮੈਨੂੰ ਕਾਰੋਬਾਰ ਦੀ ਹੈ, ਮੈਨੂੰ ਬਾਹਰ ਦੀ ਹੈ, ਮੈਨੂੰ ਅੰਦਰ ਦੀ ਵੀ ਹੈ। ਗੁਰੂ ਜੀ ਪਿਆਰਿਓ, ਅੰਦਰ ਵੀ ਸੰਤੁਸ਼ਟੀ ਨਹੀਂ ਹੈ। ਸਰਦ ਕੌਰ ਗੁਰੂ ਜੀ ਪਿਆਰਿਓ, ਇੱਕ ਪ੍ਰੀਤ ਐਸੀ ਬਾਣੀ ਛੋਟੀ ਜੀ ਉਮਰ ਹੈ 18 ਸਾਲ। ਮਾਤਾ ਨੂੰ ਕਹਿੰਦੀ ਹੈ ਮਾਂ, ਉਹ ਸਿੰਘਾਂ ਦੀ ਸ਼ਹੀਦੀਆਂ ਹੋ ਗਈਆਂ ਹਨ, ਕੋਈ ਉਸ ਲਾਸ਼ਾਂ ਨੂੰ ਚੁੱਕਣਾ ਨਹੀਂ ਪਿਆ। ਮੇਰਾ ਦਿਲ ਕਰਦਾ ਹੈ ਮੈਂ ਉਹਨਾਂ ਦਾ ਸੰਸਕਾਰ ਕਰਾਂ। ਮਾਂ ਬਾਂਹ ਫੜ ਲੈਂਦੀ ਗੁਰੂ ਜੀ ਪਿਆਰੇ, ਕਹਿੰਦੀ ਵੀਰ ਤੇਰਾ ਛੋਟਾ ਹੈ, ਪਿਤਾ ਦਾ ਸਾਇਆ ਨਹੀਂ ਹੈ ਤੇਰੇ ਸਿਰ ਤੇ। ਵੀਰ ਤੇਰਾ ਛੋਟਾ ਹੈ, ਪਿਤਾ ਦਾ ਸਾਇਆ ਨਹੀਂ, ਤੂੰ ਕੱਲੀ ਕਿੱਥੇ ਜਾਏਗੀ? ਪੱਥਰ ਮੁਗਲਾਂ ਦਾ ਕਿੰਨਾ ਕਿੰਨਾ ਹੈ। ਬਲਕਿ ਪਿਆਰੇ ਚਿੱਤਰਖਾਂ ਉਹ ਪ੍ਰੀਤ ਜਾ ਰਹੀ ਹੈ, ਬਿਨ ਦੇਖੇ ਰੀਤ ਮਾਂ ਦੇ ਪਹਿਰ ਨਹੀਂ ਜਾ ਰਹੇ। ਕਹਿੰਦੇ ਮੇਰੇ ਵੀਰ ਸ਼ਹਾਦਤ ਪਾ ਗਏ ਹਨ, ਮੇਰਾ ਦਿਲ ਨਹੀਂ ਮੰਨਦਾ ਪਿਆ ਮਾਂ, ਮੇਰੇ ਕਦਮ ਨਹੀਂ ਰੁਕਦੇ ਪਏ, ਮੈਨੂੰ ਜਾਣ ਦੇ, ਭਾਵੇਂ ਮੈਂ ਕੱਲੀ ਨਹੀਂ, ਮੇਰਾ ਕਲਗੀਆਂ ਵਾਲਾ ਮੇਰੇ ਨਾਲ ਤੁਸਰਨਾ। ਸਿੰਘ ਜੀ ਨੂੰ ਭਰੋਸਾ ਹੋ ਜਾਵੇ ਆਪਣੇ ਰੱਬ ਤੇ ਚਿੱਤ ਰੱਖਣਾ, ਫਿਰ ਉਹਦੇ ਨਾਲ ਦੁਨੀਆਂ ਦੇ ਰਿਸ਼ਤੇਦਾਰ ਨਹੀਂ, ਉਹਦੇ ਨਾਲ ਰੱਬ ਖੁਦ ਤੁਰਦਾ ਹੈ। ਭਰੋਸਾ ਬਹੁਤ ਵੱਡੀ ਗੱਲ ਹੈ। ਜੇ ਭਰੋਸੇ ਵਿੱਚ ਕਿੰਤੂ ਪਰੰਤੂ ਇੱਕ ਛਿਗਲੀ ਆ ਗਿਆ, ਚਿੱਤ ਰੱਖਣਾ ਭਾਵੇਂ 100 ਵਾਰੀ ਅਰਦਾਸਾਂ ਕਰੇ ਜਾ, ਭਰੋਸਾ ਨਹੀਂ ਹੈ ਤਾਂ ਅਰਦਾਸ ਕਬੂਲ ਨਹੀਂ। ਕਈ ਵਾਰੀ ਸਾਡਾ ਮਨ ਹੁੰਦਾ ਮੈਨੂੰ ਇਹ ਵਸਤੂ ਚਾਹੀਦੀ ਹੈ, ਰੋਣਾ ਵੀ ਨਿਕਲਦਾ ਹੈ, ਮੈਨੂੰ ਇਹ ਵਸਤੂ ਚਾਹੀਦੀ ਕਿਸੇ ਤਰੀਕੇ। ਗੁਰੂ ਕੇ ਪਿਆਰੇ, ਜਦ ਉਹ ਵਸਤੂ ਵਾਸਤੇ ਭਰੋਸਾ ਰੋਣਾ ਨਿਕਲਦਾ ਹੈ ਤੇ ਚਿੱਤ ਰੱਖਣਾ ਉਸ ਬੱਚੇ ਨੂੰ ਮਾਂ ਤੋਂ ਚੀਜ਼ ਲੈ ਕੇ ਵੀ ਦਿੰਦੇ। ਅਰਦਾਸ ਇੱਕ ਸਾਡਾ ਭਰੋਸਾ ਹੈ, ਬੇਨਤੀ ਹੈ। ਕਈ ਜਗ੍ਹਾ ਤੇ ਮੈਂ ਦੱਸਦਾ ਪ੍ਰੀਤ, ਪ੍ਰਤੀਤ ਤੇ ਪ੍ਰੀਤ ਚ ਫਰਕ ਹੈ। ਪ੍ਰਤੀਤ ਕਰਕੇ ਤੂੰ ਮੱਥਾ ਟੇਕਣ ਆਇਆ, ਪ੍ਰਤੀਤ ਕਰਕੇ ਤੂੰ ਅਰਦਾਸ ਕਰਨ ਆਇਆ, ਪ੍ਰਤੀਤ ਕਰਕੇ ਤੂੰ ਲੰਗਰ ਦੀ ਸੇਵਾ ਕਰ ਰਿਹਾ, ਪਰ ਜਿਸ ਦਿਨ ਤੇਰੀ ਪ੍ਰੀਤ ਬਣ ਗਈ, ਚਿੱਤ ਰੱਖਣਾ ਫਿਰ ਸਾਡੇ ਸਾਹਮਣੇ ਨਜ਼ਰ ਆਉਂਦੇ ਹਨ। ਭਰੋਸਾ ਸਤਿਗੁਰਾਂ ਕੋਲ ਸ਼ਰਨ ਵਿੱਚ ਬੈਠਣਾ ਹੈ, ਚਿੱਤ ਰੱਖੀ ਸਾਹਿਬਜ਼ਾਦਿਆਂ ਦਾ ਭਰੋਸਾ ਵੀ ਬੜਾ ਕਰਨਾ। ਅੱਜ ਉਹ ਦਿਨ ਹੈ, ਉਸ ਬੀਬੀ ਦਾ ਮਨ ਨਹੀਂ ਟਿਕ ਰਿਹਾ, ਉਹ ਕਹਿੰਦੀ ਹੈ ਮਾਂ ਮੈਨੂੰ ਜਾਣਾ ਹੈ। ਅੱਜ ਉਹ ਬਹੁਤ ਦੇ ਦਿਹਾੜੇ ਚ, ਅੱਜ ਉਹ ਦਿਹਾੜਾ ਹੈ। ਗੁਰੂ ਕਿਉਂ ਕਹਿ ਰਹੇ ਹੋ? ਕਹਿੰਦੀ ਮਾਂ ਮੈਨੂੰ ਜਾਣ ਦੇ, ਰੋਕ ਨਾ, ਹੁਣ ਕਰਜਿਆਂ ਵਾਲਾ ਨਾਲ ਹੈ, ਮਾਂ ਨੇ ਮਾਂ ਛੱਡ ਦਿੱਤੀ। ਗੁਰੂ ਕੇ ਪਿਆਰਿਓ, ਉਹ ਸਮਾਂ ਠੰਡ ਦਾ, ਨੇੜੇ ਦਾ, ਰਾਤ ਵੇਲੇ ਉਹ ਤੀਰਾਂ ਨੂੰ ਚੱਲਦੀ ਹੈ, ਉਹਨੂੰ ਭਰੋਸਾ ਮੇਰਾ ਕਲਗੀਆਂ ਵਾਲਾ ਮੇਰੇ ਨਾਲ ਤੁਰਦਾ ਪਿਆ। ਉਸ ਨੇੜੇ ਚ, ਰਾਤ ਚ, ਗੁਰੂ ਕੇ ਪਿਆਰਿਓ, ਜਦ ਉਹ ਤੁਰਦੀ ਹੈ, ਤੁਰਦੀ ਹੈ, ਬਸ ਉਹਨੂੰ ਚੇਤਾ ਇੱਕੋ ਹੈ। ਇੱਕ ਵਾਰੀ ਸਾਰੀ ਪੜ੍ਹੀ ਦੀ ਗੁਰੂ ਕੇ ਫਿਰ ਦੁਬਾਰਾ ਦੀ
सुला सा के चरण में
ਬੀ